ਹੈਲੋ ਸਟੂਡੈਂਟਸ ਵੈਲਕਮ ਟੂ ਮਾਈ YouTube ਚੈਨਲ ਅੱਜ ਦਾ ਸਾਡਾ ਟੌਪਿਕ ਹੈਗਾ ਡਰੈਸਿੰਗ ਜਿਸ ਦੇ ਬਾਰੇ ਵਿੱਚ ਅਸੀਂ ਪੜ੍ਹਾਂਗੇ ਕੈਰੈਕਟ੍ਰਿਸਟਿਕਸ ਆਫ ਡਰੈਸਿੰਗ ਐਂਡ ਜਨਰਲ ਰੂਲਸ ਆਫ ਅਪਲਾਈਂਗ ਡਰੈਸਿੰਗ ਐਂਡ ਟਾਈਪਸ ਆਫ ਡਰੈਸਿੰਗ ਜਿਸ ਦੇ ਵਿੱਚ ਅਸੀਂ ਕਰਾਂਗੇ ਐਡਹੈਸਿਵ ਡਰੈਸਿੰਗ ਐਂਡ ਨਾਨ ਐਡਹੈਸਿਵ ਡਰੈਸਿੰਗ ਫਰੈਂਡਸ ਸਭ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਡਿਫੀਨੇਸ਼ਨ ਆਫ ਡਰੈ ਡਰੈਸਿੰਗ ਇਜ਼ ਆ ਪ੍ਰੋਟੈਕਟਿਵ ਕਵਰਿੰਗ ਅਪਲਾਈਡ ਟੂ ਦਾ ਵੂਨ ਡਰੈਸਿੰਗ ਇੱਕ ਪ੍ਰੋਟੈਕਟਿਵ ਕਵਰ ਕਰਕੇ ਰੱਖਦੀ ਹੈ ਵੂਨ ਮਤਲਬ ਕਿ ਜ਼ਖਮ ਨੂੰ ਉੱਥੇ ਅਪਲਾਈ ਕੀਤੀ ਜਾਂਦੀ ਹੈ ਜਿੱਥੇ ਜ਼ਖਮ ਹੁੰਦਾ ਹੈਗਾ ਠੀਕ ਹੈ ਕਾਦੇ ਲਈ ਕੀਤੀ ਜਾਂਦੀ ਹੈ ਕੰਟਰੋਲ ਦਾ ਬਲੀਡਿੰਗ ਬਲੀਡਿੰਗ ਨੂੰ ਕੰਟਰੋਲ ਕਰਨ ਦੇ ਲਈ ਅਬਜ਼ੌਰਬ ਐਨੀ ਡਿਸਚਾਰ ਕੋਈ ਵੀ ਡਿਸਚਾਰਜ ਹੋ ਰਿਹਾ ਹੈਗਾ ਉਦੋਂ ਅਸੀਂ ਡਰੈਸਿੰਗ ਕਰਦੇ ਹਾਂ ਠੀਕ ਹੈ ਨੈਕਸਟ ਹੈਗਾ ਅਵੋਇਡ ਫਰਦਰ ਇੰਜਰੀ ਕੋਈ ਹੋਰ ਇੰਜਰੀ ਹੋਣ ਤੋਂ ਬਚਾਉਣ ਦੇ ਲਈ ਠੀਕ ਹੈ ਨੈਕਸਟ ਹੈਗਾ ਪ੍ਰੀਵੈਂਟ ਇਨਫੈਕਸ਼ਨ ਇਨਫੈਕਸ਼ਨ ਤੋਂ ਪ੍ਰੀਵੈਂਟ ਕਰਨ ਦੇ ਲਈ ਨੈਕਸਟ ਅਸਿਸਟ ਇਨ ਹੀਲਿੰਗ ਠੀਕ ਹੋਣ ਤਾਂ ਕਿ ਜਿਹੜਾ ਵੂਂਡ ਹੈਗਾ ਠੀਕ ਹੋ ਸਕੇ ਠੀਕ ਹੈ ਫਰੈਂਡਸ ਨੈਕਸਟ ਹੈਗਾ ਸਾਡੇ ਕੋਲੇ ਕੈਰੈਕਟੈਰਿਸਟਿਕਸ ਆਫ ਡਰੈਸਿੰਗ ਡਰੈਸਨ ਦੀਆਂ ਕੀ ਕੀ ਕੈਰੈਕਟੈਰਿਸਟਿਕਸ ਹੈਗੀਆਂ ਕੀ ਕੀ ਵਿਸ਼ੇਸ਼ਤਾਵਾਂ ਹੈਗੀਆਂ ਦੀਆਂ ਠੀਕ ਹੈ ਫਸਟ ਹੈਗਾ ਇਟ ਸ਼ੁੱਡ ਬੀ ਸਟਰਲਾਈ ਜਿਹੜੀ ਡਰੈਸਿੰਗ ਹੈਗੀ ਹੈ ਸਟਰਲਾਈ ਹੋਣੀ ਚਾਹੀਦੀ ਹੈ ਠੀਕ ਹੈ ਨੈਕਸਟ ਹੈਗਾ ਇਟ ਸ਼ੁਡ ਬੀ ਸਫੀਸ਼ੀਐਂਟਲੀ ਲਾਰਜ ਟੂ ਕਵਰ ਦਾ ਵੂਂਡ ਏਰੀਆ ਮਤਲਬ ਸਾਨੂੰ ਸਫੀਸ਼ੀਐਂਟ ਅਸੀ ਹੋਣੀ ਚਾਹੀਦੀਆਂ ਤਾਂ ਕਿ ਜਿਹੜਾ ਇਹ ਵੂਂਡ ਨੂੰ ਸਾਰੇ ਨੂੰ ਕਵਰ ਕਰ ਸਕੇ ਠੀਕ ਹੈ ਇਟ ਸ਼ੁਡ ਬੀ ਸੌਫਟ ਟੂ ਅਲਾਓ ਔਰਾਈਜ਼ਿੰਗ ਆਫ ਦਾ ਡਿਸਚਾਰਜ ਐਂਡ ਸਵੇਟਿੰਗ ਮਤਲਬ ਇਹ ਸੌਫਟ ਹੋਣੀ ਚਾਹੀਦੀ ਹੈਗੀ ਆ ਪਸ ਫਾਰਮੇਸ਼ਨ ਹੈਗੀ ਕੋਈ ਵੀ ਕੋਈ ਵੀ ਡਿਸਚਾਰਜ ਹੈਗਾ ਡਿਸਚਾਰਜ ਹੈਗਾ ਜਾਂ ਸਵੇਟਿੰਗ ਹੈਗੀ ਉਹਨੂੰ ਇਹ ਸੋਖ ਸਕੇ ਠੀਕ ਹੈ ਨੈਕਸਟ ਹੈਗਾ ਸਾਡੇ ਕੋਲੇ ਫਰੈਂਡਸ ਜਨਰਲ ਰੂਲਸ ਫਾਰ ਅਪਲਾਈਂਗ ਅਪਲਾਈਂਗ ਡਰੈਸਿੰਗ ਡਰੈਸਿੰਗ ਅਪਲਾਈ ਕਰਦੇ ਸਮੇਂ ਨੇ ਅਸੀਂ ਕੀ ਕੀ ਗੱਲਾਂ ਧਿਆਨ ਵਿੱਚ ਰੱਖਣੀਆਂ ਹਨ ਠੀਕ ਹੈ ਫਸਟ ਹੈਗਾ ਵਾਸ਼ ਯੂਅਰ ਹੈਂਡਸ ਐਂਡ ਸੋਪ ਐਂਡ ਵਾਟਰ ਬਿਫੋਰ ਡਰੈਸਿੰਗ ਇਫ ਪੋਸੀਬਲ ਸਭ ਤੋਂ ਪਹਿਲਾਂ ਅਸੀਂ ਆਪਣੇ ਹੈਂਡ ਸੋਪ ਦੇ ਨਾਲ ਵਾਸ਼ ਕਰਨੇ ਹੈਗੇ ਹਨਾ ਅਸੀਂ ਕੋਈ ਵੀ ਪ੍ਰੋਸੀਜਰ ਵਗੈਰਾ ਕਰਦੇ ਹਾਂ ਹਨਾ ਉਦੋਂ ਅਸੀਂ ਆਪਣੇ ਹੈਂਡ ਵਾਸ਼ ਤਾਂ ਜ਼ਰੂਰ ਕਰਦੇ ਹਾਂ ਠੀਕ ਹੈ ਤਾਂ ਨੈਕਸਟ ਹੈਗਾ ਕੰਟਰੋਲ ਦਾ ਬਲੀਡਿੰਗ ਕਲੀਨ ਦਾ ਵੂੰਡ ਐਂਡ ਸਰਾਊਂਡਿੰਗ ਆਫ ਦਾ ਸਕਿਨ ਜੇਕਰ ਵੂੰਡ ਦੇ ਵਿੱਚੋਂ ਹਨਾ ਜ਼ਖਮ ਦੇ ਵਿੱਚੋਂ ਬਲੀਡਿੰਗ ਹੋ ਰਹੀ ਆ ਹਨਾ ਬਲੱਡ ਆ ਰਿਹਾ ਹੈਗਾ ਤਾਂ ਸਭ ਤੋਂ ਪਹਿਲਾਂ ਉਹਨੂੰ ਕੰਟਰੋਲ ਕਰਨਾ ਹੈਗਾ ਨੈਕਸਟ ਉਹਨੂੰ ਵਾਉਂਡ ਨੂੰ ਜ਼ਖਮ ਨੂੰ ਕਲੀਨ ਕਰਨਾ ਹੈਗਾ ਤੇ ਉਹਦੀ ਆਸ-ਪਾਸੇ ਦੀ ਜਿਹੜੀ ਸਕਿਨ ਹੈਗੀ ਆ ਹਨਾ ਉਹਨੂੰ ਵੀ ਕਲੀਨ ਕਰਨਾ ਹੈਗਾ ਨੈਕਸਟ ਹੈਗਾ ਅਵੋਇਡ ਟੱਚਿੰਗ ਦਾ ਵਾਉਂਡ ਐਂਡ ਜਿਹੜਾ ਵਾਉਂਡ ਹੈਗਾ ਜ਼ਖਮ ਹੈਗਾ ਉਹਨੂੰ ਟੱਚ ਨਹੀਂ ਕਰਨਾ ਹੈਗਾ ਔਰ ਦਾ ਪਾਰਟ ਆਫ ਡਰੈਸਿੰਗ ਦੈਟ ਇਜ਼ ਟੂ ਬੀ ਪਲੇਸਡ ਓਵਰ ਵਾਉਂਡ ਐਂਡ ਜਦੋਂ ਅਸੀਂ ਡਰੈਸਿੰਗ ਕਰ ਰਹੇ ਹਾਂ ਤਾਂ ਉਹਨੂੰ ਵੀ ਨਹੀਂ ਟੱਚ ਕਰਨਾ ਚਾਹੀਦਾ ਤਾਂ ਜਖਮ ਤੋਂ ਪਾਸੇ ਹੋ ਸਕਦੀ ਹੈ ਹੱਲ ਸਕਦੀ ਹੈਗੀ ਸਾਡੀ ਡਰੈਸਿੰਗ ਠੀਕ ਹੈ ਨੈਵਰ ਕਫ ਔਰ ਸਨੀਜ਼ ਓਵਰ ਦਾ ਬਾਉਂਡ ਔਰ ਡਰੈਸਿੰਗ ਉਪਤੇ ਅਸੀਂ ਖੰਗਣਾ ਵੀ ਨਹੀਂ ਹੈਗਾ ਨਾ ਹੀ ਸ਼ਿੱਕ ਮਾਰਨੀ ਹੈਗੀ ਆ ਜਖਮ ਦੇ ਉੱਪਰ ਠੀਕ ਹੈ ਤਾਂ ਜੇਕਰ ਸਾਨੂੰ ਸਨੀਜ਼ਿੰਗ ਹੋ ਰਹੀ ਹੈਗੀ ਜਾਂ ਕਫ ਹੋ ਰਹੀ ਹੈ ਸਾਈਡ ਤੇ ਜਾ ਕੇ ਕਰਨਾ ਹੈਗਾ ਠੀਕ ਹੈ ਨੈਕਸਟ ਹੈਗਾ ਕਵਰ ਨਾਨ ਅਡਹੈਸਿਵ ਡਰੈਸਿੰਗ ਵਿਦ ਪੈਡਸ ਆਫ ਕਾਟਨ ਵੂਲ ਆਫ ਠੀਕ ਹੈ वूल्स रिक्वायर्ड द अब, अब्सॉर्बड डिस्चार्ज एंड कंट्रोल ब्लीडिंग होल्ड इट इन पोजीशन बाय अ बैंडेज जेड़ा नॉन एडहेसिव ड्रेसिंग ਹੈਗਾ ਹਨਾ ਉਹਨੂੰ ਕਾਟਨ ਦੇ ਨਾਲ ਕਵਰ ਕਰਨਾ ਹੈਗਾ ਜੇਕਰ ਸਾਡੇ ਕੋਲੇ ਉੱਥੇ ਹੈਗੀ ਆ ਤਾਂ ਜੋ ਉਹ ਜਿਹੜੀ ਡਿਸਚਾਰਜ ਹੈਗਾ ਹਨਾ ਉਹਨੂੰ ਐਬਸਾਰਬ ਕਰੂਗੀ ਐਂਡ ਬਲੀਡਿੰਗ ਨੂੰ ਵੀ ਕੰਟਰੋਲ ਕਰ ਲੂਗੀ ਠੀਕ ਹੈ ਉਹਨੂੰ ਪੋਜੀਸ਼ਨ ਦੇ ਬੈਂਡੇਜ ਦੇ ਨਾਲ ਉਹਨੂੰ ਅਸੀਂ ਪੋਜੀਸ਼ਨ ਦੇ ਦੇਣੀ ਹੈਗੀ ਠੀਕ ਹੈ ਨੈਕਸਟ ਹੈਗਾ ਪਲੇਸ ਅ ਡਰੈਸਿੰਗ ਡਾਇਰੈਕਟਲੀ ਔਨ ਅ ਵਾਉਂਡ ਠੀਕ ਹੈ ਡਾਇਰੈਕਟਲੀ ਡਰੈਸਿੰਗ ਪਲੇਸ ਕਰਨੀ ਹੈਗੀ ਆ ਉਹਨੂੰ ਸਲਾਈਡ ਨਹੀਂ ਕਰਨਾ ਹੈਗਾ ਉਧਰ ਉਧਰ ਖਿੱਚਣਾ ਜਿੱਥੇ ਬਸ ਰੱਖਤੀ ਹਨਾ ਉਦਾਂ ਹੀ ਉਹਨੂੰ ਰੱਖ ਦੇਣੀ ਹੈਗੀ ਆ ਠੀਕ ਹੈ ਨੈਕਸਟ ਫਰੈਂਡਸ ਸਾਡੇ ਕੋਲੇ ਆ ਗਿਆ ਟਾਈਪਸ ਆਫ ਡਰੈਸਿੰਗ ਜਿਸ ਦੇ ਵਿੱਚ ਅਸੀਂ ਦੋ ਟਾਈਪਸ ਕਰਾਂਗੇ ਐਡਹੈਸਿਵ ਡਰੈਸਿੰਗ ਐਂਡ ਨੋਨ ਐਡਹੈਸਿਵ ਡਰੈਸਿੰਗ ਫਰਸਟ ਹੈਗਾ ਐਡਹੈਸਿਵ ਡਰੈਸਿੰਗ ਇਟ ਕੰਸਿਸਟਸ ਆਫ ਸਟਰਨਾਈ ਪੈਡ ਆਫ ਐਬਸਾਰਬਡ ਗਾਜ਼ ਹোলਡ ਇਨ ਪਲੇਸ ਬਾਈ ਲੇਅਰ ਆਫ ਐਡਹੈਸਿਵ ਮਟੀਰੀਅਲ ਜਿਹੜੀ ਐਡਹੈਸਿਵ ਹੁੰਦੀ ਆ ਇਹ ਸਟਰਨਾਈ ਪੈਡ ਦੀ ਬਣੀ ਹੁੰਦੀ ਆ ਠੀਕ ਹੈ ਗਾਜ਼ ਪੀਸ ਦੀ ਬਣੀ ਹੁੰਦੀ ਆ ਇਹ ਠੀਕ ਹੈ ਐਡਹੈਸਿਵ ਮਟੀਰੀਅਲ ਹੁੰਦਾ ਇਹਦੇ ਵਿੱਚ ਥੀਸ ਡਰੈਸਿੰਗ ਆਫ ਡਿਫਰੈਂਟ ਆਰ ਸ਼ੇਪਡ ਇਟ ਡਿਫਰੈਂਟ ਸ਼ੇਪ ਦੀਆਂ ਹੋ ਸਕਦੀਆਂ ਹੈਗੀਆਂ ਆਰ ਸਪਲਾਈਡ ਇਨ ਪੇਪਰ ਔਰ ਪਲਾਸਟਿਕ ਕਵਰ ਪਲਾਸਟਿਕ ਪੇਪਰ ਦੇ ਵਿੱਚ ਜਾਂ ਕਵਰ ਦੇ ਵਿੱਚ ਇਹ ਸਪਲਾਈ ਕੀਤੀਆਂ ਜਾਂਦੀਆਂ ਹੈਗੇ ਦਿੱਤੀਆਂ ਜਾਂਦੀਆਂ ਦਾ ਸਰਾਊਂਡਿੰਗ ਸਕਿਨ ਮਸਟ ਬੀ ਔਰ अर्ली ਬਿਫੋਰ ਐਪਲੀਕੇਸ਼ਨ ਠੀਕ ਹੈ ਸਰਾਊਂਡਿੰਗ ਸਕਿਨ ਦੇ ਉੱਪਰ ਇਹ ਅਪਲਾਈ ਕਰ ਸਕਦੇ ਹੈਗੇ ਆ ਅਸੀਂ ਠੀਕ ਹੈ ਡਰਾਈ ਸਕਿਨ ਦੇ ਉੱਪਰ ਠੀਕ ਹੈ ਨੈਕਸਟ ਆ ਗਈ ਮੈਥਡ ਆਫ ਐਪਲੀਕੇਸ਼ਨ ਫਸਟ ਹੈਗਾ ਰਿਮੂਵ ਦਾ ਡਰੈਸਿੰਗ ਫਰਮ ਦਾ ਆਊਟਰ ਕਾਰਪਿੰਗ ਐਂਡ ਹੋਲਡ ਇਟ ਕੀਪਿੰਗ ਗੋਸ ਸਾਈਡ ਡਾਊਨ ਜਿਹੜੀ ਪਹਿਲਾਂ ਡਰੈਸਿੰਗ ਕੀਤੀ ਹੋਈ ਆ ਹਨਾ ਅਸੀਂ ਉਹਨੂੰ ਰਿਮੂਵ ਕਰਨਾ ਹੈਗਾ ਗੋਸ ਪੀਸ ਦੇ ਨਾਲ ਉਹਨੂੰ ਸਾਈਡ ਡਾਊਨ ਕਰਨਾ ਹੈਗਾ ਠੀਕ ਹੈ ਨੈਕਸਟ ਹੈਗਾ ਪੀਲ ਬੈਕ ਦਾ ਐਕਸਪੋਰ ਦਾ ਗੋਸ ਐਂਡ ਪੀਸ ਦਾ ਪੈਡ ਔਨ ਦਾ ਵਾਉਂਡ ਠੀਕ ਹੈ ਐਕਸਪੋਰ ਮਤਲਬ ਕਿ ਦਿਖਾਉਣਾ ਮਤਲਬ ਜਿਹੜਾ ਉਹਨੂੰ ਜਖਮ ਨੂੰ ਅਸੀਂ ਵਾਉਨ ਨੂੰ ਨੱਪ ਕੇ ਦੇਖਣਾ ਹੈਗਾ ਕੋਈ ਪੋਸਫਰਮੇਸ਼ਨ ਤਾਂ ਹੈ ਨਹੀਂਗੀ ਉਹਨੂੰ ਅਸੀਂ ਗਾਜ਼ ਪੀਸ ਦੇ ਨਾਲ ਸਾਫ਼ ਕਰ ਲੈਣਾ ਚਾਹੀਦਾ ਹੈਗਾ ਫਿਰ ਗਾਜ਼ ਪੀਸ ਉੱਪਰ ਪਲੇਸ ਕਰ ਦੇਣਾ ਹੈਗਾ ਪ੍ਰੈਸ ਦਾ ਐਂਡਸ ਐਂਡ ਐਡਸ ਡਾਊਨ ਜਿਹੜੇ ਉਹਦੇ ਕਿਨਾਰੇ ਹੈਗੇ ਹਨਾ ਉਹਨਾਂ ਨੂੰ ਡਾਊਨ ਕਰ ਦੇਣਾ ਹੈਗਾ ਠੀਕ ਹੈ ਨੈਕਸਟ ਹੈਗੀ ਨਾਨ ਅਡਹੈਸਿਵ ਡਰੈਸਿੰਗ ਇਟ ਇਨਕਲੂਡਸ ਸਟਰਲਾਈ ਰੈਡੀमेड ਡਰੈਸਿੰਗ ਗਾਜ਼ ਡਰੈਸਿੰਗ ਐਂਟੀਸੈਪਟਿਕ ਐਂਡ ਮੈਡੀਕੇਟਡ ਡਰੈਸਿੰਗ ਫਸਟ ਹੈਗਾ ਮੈਡੀਕੇਟਡ ਡਰੈਸਿੰਗ ਜਿਹੜੇ ਨੌਨ ਐਡਹੈਸਿਵ ਹੈਗੀਆਂ ਦੇ ਵਿੱਚ ਰੈਡੀਮੇਡ ਡਰੈਸਿੰਗਸ ਹੁੰਦੀਆਂ ਹੈਗੀਆਂ ਠੀਕ ਹੈ ਜਿਹਦੇ ਵਿੱਚ ਗੌਜ਼ ਡਰੈਸਿੰਗ ਵੀ ਆ ਜਾਂਦੀਆਂ ਤੇ ਐਂਟੀਸੈਪਟਿਕ ਡਰੈਸਿੰਗ ਤੇ ਮੈਡੀਕੇਟਡ ਡਰੈਸਿੰਗ ਆ ਜਾਂਦੀਆਂ ਹੈਗੀਆਂ ਫਸਟ ਹੈਗਾ ਮੈਡੀਕੇਟਡ ਡਰੈਸਿੰਗ ਥਿਸ ਟਾਈਪ ਆਫ ਡਰੈਸਿੰਗ ਸਰਟਨ ਮੈਡੀਸਨ ਔਨ ਔਨ ਇਟ ਟੂ ਪ੍ਰੀਵੈਂਟ ਐਨੀ ਮਲਟੀਫਿਕੇਸ਼ਨ ਆਫ ਮਾਈਕਰੋ ਆਰਗੈਨਿਜ਼ਮ ਔਨ ਦਾ ਵੂਂਡ ਐਂਡ ਦਾ ਕਵਰ ਦਾ ਵੌਂਡ ਜਿਹੜੀ ਇਹ ਟਾਈਪ ਦੀ ਡਰੈਸਿੰਗ ਹੁੰਦੀ ਹੈਗੀ ਆ ਹਨਾ ਇਹਦੇ ਉੱਪਰ ਮੈਡੀਸਿਨ ਲੱਗੀ ਵੀ ਹੁੰਦੀ ਆ ਤਾਂ ਕਿ ਜਿਹੜੀ ਮਾਈਕਰੋ অর্গানিਜ਼ਮ ਦੀ ਮਲਟੀਪਲੀਕੇਸ਼ਨ ਨਾ ਹੋਵੇ ਬੈਕਟੀਰੀਆ ਦੀ ਗਰੋਥ ਨਾ ਹੋਵੇ ਠੀਕ ਹੈ ਤੇ ਵੌਂਡ ਨੂੰ ਇਹ ਕਵਰ ਕਰਕੇ ਰੱਖਦੀ ਹੈਗੀ ਠੀਕ ਹੈ ਸੈਕੰਡ ਹੈਗਾ ਅਨ ਮੈਡੀਕੇਟਡ ਨਾਮ ਤੋਂ ਹੀ ਸਾਨੂੰ ਪਤਾ ਚੱਲਦਾ ਹੈਗਾ ਦਿਸ ਆਫ ਡਰੈਸਿੰਗ ਡਸ ਨਾਟ ਹੈਵ ਐਨੀ ਮੈਡੀਸਿਨ ਔਨ ਇਟ ਇਸ ਦੇ ਉੱਪਰ ਕੋਈ ਵੀ ਮੈਡੀਸਿਨ ਨਹੀਂ ਲੱਗੀ ਹੁੰਦੀ ਦੇ ਕੈਨ ਬੀ ਯੂਜ਼ਡ ਟੂ ਕਵਰ ਦਾ ਲਾਰਜ ਵੂਂਡ ਇਹ ਵੱਡੇ ਜ਼ਖਮ ਨੂੰ ਕਵਰ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈਗੀ ਆ ਦੇ ਮੇ ਇਨਕਲੂਡ ਗੌਜ਼ ਪੀਸ ਕਲੀਨ ਹੈਂਡੀ ਹੈਂਡਕਰਚੀਫ ਠੀਕ ਹੈ ਹੈਂਡਕਰਚੀਫ ਯੂਜ਼ ਕਰ ਸਕਦੇ ਆ ਇਹਦੇ ਵਿੱਚ ਅਸੀਂ ਠੀਕ ਹੈ ਗੌਜ਼ ਪੀਸ ਯੂਜ਼ ਕਰ ਸਕਦੇ ਆ ਵੱਡੇ ਗੌਜ਼ ਪੀਸ ਹੁੰਦੇ ਹੈਗੇ ਸਾਡੇ ਕੋਲ ਹਨਾ ਨੈਕਸਟ ਹੈਗਾ ਪ੍ਰੈਸਰ ਡਰੈਸਿੰਗ ਪ੍ਰੈਸਰ ਡਰੈਸਿੰਗ ਵਿੱਚ ਕੀ ਆ ਜਾਂਦਾ ਹੈਗਾ ਦੋਂ ਡਰੈਸਿੰਗ ਇਜ਼ ਡਨ ਟੂ ਅਪਲਾਈ ਪ੍ਰੈਸ਼ਰ ਜਿਹੜੀ ਡਰੈਸਿੰਗ ਅਸੀਂ ਪ੍ਰੈਸ਼ਰ ਨਾਲ ਅਪਲਾਈ ਕਰਦੇ ਹਾਂ ਉਹਨੂੰ ਪ੍ਰੈਸ਼ਰ ਡਰੈਸਿੰਗ ਕਹਿੰਦੇ ਆ ਟੂ ਐਨੀ ਏਰੀਆ दैट ਇਜ਼ ਬਲੀਡਿੰਗ ਸੋ ਐਸ ਕੰਟਰੋਲ ਜਿੱਥੇ ਕੋਈ ਵੀ ਬਲੀਡਿੰਗ ਹੋ ਰਹੀ ਹੈ ਹਨਾ ਉੱਥੇ ਅਸੀਂ ਇਹ ਪਲੇਸ ਕਰਦੇ ਹੈਗੇ ਪ੍ਰੈਸ਼ਰ ਦੇ ਨਾਲ ਤਾਂ ਕਿ ਬਲੀਡਿੰਗ ਨੂੰ ਕੰਟਰੋਲ ਕੀਤਾ ਜਾ ਸਕੇ ਫਰੈਂਡਸ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ